ਹਾਂਜੀ ਜਸਪੀਤ ਜੀ ਕਿਵੇਂ ਹੋ ਹਾਂਜੀ ਸਰ ਵਧੀਆ ਜੀ ਤੁਸੀਂ ਦੱਸੋ ਜੀ ਬਸ ਠੀਕ ਠਾਕ ਤੇ ਕੰਗratulations ਤੁਹਾਨੂੰ ਬਹੁਤ ਬਹੁਤ ਰਿਜ਼ਲਟ ਵਾਸਤੇ ਸਰ ਥੈਂਕ ਯੂ ਥੈਂਕ ਯੂ so much ਤੁਹਾਡਾ ਬਹੁਤ ਬਹੁਤ ਥੈਂਕਸ ਸਰ ਥੈਂਕ ਯੂ so much ਤੇ ਆ ਕਾਫੀ ਬੱਚੇ ਮੈਸੇਜ ਕਰਦੇ ਪਏ ਸੀ ਕਿ ਵੀ ਇੱਕ ਬੱਚੇ ਦਾ ਪ੍ਰੋਪਰਲੀ ਰਿਵਿਊ ਸ਼ੇਅਰ ਕਰਦਾ ਹੁਣ ਬੱਚੇ ਤਾਂ ਸਾਡੇ ਤੋਂ ਬਹੁਤ ਦੂਰ ਰਹਿੰਦੇ ਆ ਹਾਂ ਰਿਵਿਊ ਬਲੱਗ ਵੀ ਕਰ ਸਕਦਾ ਮੈਂਗਾ ਆਨਲਾਈਨ ਬੱਚਿਆਂ ਦਾ ਰਿਵਿਊ ਲੈ ਲਈਏ ਦੋ ਚਾਰ ਤੇ ਨਾ ਮੈਂ ਜਸਪ੍ਰੀਤ ਥੋੜੇ ਤੋਂ ਕੁਝ ਕੁ ਕੁਐਸਚਨ ਪੁੱਟ ਕਰੂੰਗਾ ਕਾਫੀ ਬੱਚੇ ਨੂੰ ਤੁਹਾਡੇ ਨਾਲ ਉਹ ਹੈਲਪ ਮਿਲੂਗੀ ਤੇ ਕਾਫੀ ਕਨਫਿਊਜ਼ਨ ਉਹਨਾਂ ਦੇ ਵੀ ਕਲੀਅਰ ਹੋਣਗੇ ਕਾਫੀ ਡਾਊਟਸ ਉਹਨਾਂ ਦੇ ਵੀ ਕਲੀਅਰ ਹੋਣਗੇ ਤੇ ਸਭ ਤੋਂ ਪਹਿਲੀ ਚੀਜ਼ ਆ ਕਿੰਨੇ ਸਕੋਰ ਆ ਜਸਪ੍ਰੀਤ ਤੁਹਾਡੇ ਸਰ ਮੇਰੇ ਓਵਰਆਲ 60 ਓਵਰਆਲ 60 ਸਕੋਰ ਆ ਤੁਹਾਡੇ ਤੇ ਰਿਕੁਆਇਰਮੈਂਟ 60 ਦੀ ਸੀ ਤੁਹਾਡੀ ਹਾਂਜੀ ਸਰ 60 ਦੀ ਸੀ ਠੀਕ ਹੈ ਤੇ ਜਸਪ੍ਰੀਤ ਕਿੰਵਾ ਅਟੈਂਪਟ ਸੀਗਾ ਤੁਹਾਡਾ ਇਹ ਸਰ ਮੇਰਾ ਫਰਸਟ ਅਟੈਂਪਟ ਸੀਗਾ ਫਰਸ ਹਾਂਜੀ ਸਰ ਠੀਕ ਹੈ ਤੇ ਜਸਪ੍ਰੀਤ ਕਿੰਨਾ ਟਾਈਮ ਲਾਇਆ ਤੁਸੀਂ ਪੀਟੀ ਤੇ ਸਰ ਮੈਂ ਮੈਕਸਿਮਮ 25 ਡੇਜ਼ ਲਾਇਆ ਠੀਕ ਹੈ ਹਾਂਜੀ ਸਰ ਤੇ ਪੋ ਦੈਲਾ ਕਿੰਨਾ ਦਿਨ ਪੜਿਓ ਧਿਆਨ ਲਾ ਕੇ ਦੈਲਾ ਸਰ ਜੇ ਮੈਂ ਵੈਸੇ ਮੈਂ ਸਰ ਕੋਈ ਕਲਾਸ ਮਿਸ ਨਹੀਂ ਕੀਤੀ ਸਿਰਫ ਇੱਕ ਜਾਂ ਦੋ ਦਿਨ ਮੈਂ ਕਲਾਸ ਮਿਸ ਕੀਤੀ ਸੀਗੀ ਠੀਕ ਹੈ ਅਗਰ ਮੈਂ ਪੂਰੇ ਮਾਨਣਾ ਕਹਾ ਤਾਂ ਮੈਂ ਪੂਰੇ 15 12 ਤੋਂ 15 ਦਿਨ ਪੜੀ ਪੂਰੇ 12 ਤੋਂ 15 ਦਿਨ ਜਿਵੇਂ ਮੈਂ ਦੈਲਾ ਥੋੜੇ ਸਾਰੇ ਚੀਜ਼ਾਂ ਦੇਖਦਾ ਪਿਆ ਤੁਹਾਡੇ ਹਰੇਕ ਚੀਜ਼ ਦੇ ਵਿੱਚ ਸਕੋਰਿੰਗ ਬਹੁਤ ਆਪਾ ਮੈਂ ਤੁਹਾਡੀ ਗੱਲ ਕਰਾਂ 스ਪੀਕਿੰਗ ਦੀ 65 ਆ ਰਾਈਟਿੰਗ 61 ਆ ਰੀਡਿੰਗ 61 ਆ ਲਿਸਨਿੰਗ ਵੀ 61 ਆ ਉਹ 60 ਵਾਲਾ ਨੇ ਲਾਈਨ ਤੋਂ ਸਟੇਬਲ ਰੱਖੀ ਵੀ ਆ 60 ਤੋਂ ਕੋਈ ਹੇਠਾਂ ਨਹੀਂ ਗਿਆ ਸਰ ਮੈਂ ਨਾ ਮੇਰਾ ਪੂਰਾ ਫੋਕਸ ਸਿਰਫ 스ਪੀਕਿੰਗ ਤੇ ਸੀਗਾ ਜਿਹੜਾ ਸਭ ਤੋਂ ਮੇਨ ਪਾਰਟ ਮੈਨੂੰ ਬਹੁਤ ਪਸੰਦ ਸੀਗਾ ਉਹ 스ਪੀਕਿੰਗ ਸੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਤੁਸੀਂ ਮੈਨੂੰ ਇੱਕ ਵਾਰ ਮੋਕ ਟੈਸਟ ਤੋਂ ਬਾਅਦ ਕਿਹਾ ਸੀਗਾ ਕਿ ਤੁਸੀਂ ਵੀ ਮੇਰੀ ਕਲਾਸ 'ਚ ਉਹ ਬੱਚਾ ਹੈ ਕਿ ਤੂੰ 90 ਟੱਚ ਕਰਾ ਸਕਦੀਆਂ ਨਾ 스ਪੀਕਿੰਗ ਨੂੰ ਤੇ ਮੈਨੂੰ ਮੈਨੂੰ ਪਸੰਦ ਵੀ ਸਪੀਕਿੰਗ ਸੀਗੀ ਬਾਕੀਆਂ ਨੂੰ ਮੈਂ ਇੰਨਾ ਇੰਪੋਰਟੈਂਟ ਨਹੀਂ ਸਮਝਦੀ ਸੀ ਮੈਨੂੰ ਇਹਦਾ ਕਿ ਮੈਂ ਸਪੀਕਿੰਗ ਚ ਬੜੇ ਵਧੀਆ ਸਕੋਰ ਲੈ ਕੇ ਆਣੀ ਆ ਬਟ ਪਤਾ ਨਹੀਂ ਉੱਥੇ ਕੀ ਹੋਇਆ ਮੇਥੋਂ ਮਾਈਕ ਨਹੀਂ ਸੈੱਟ ਹੋਇਆ ਪ੍ਰੋਪਰ ਬਟ ਫਿਰ ਵੀ ਮੈਂ ਬੜੀ ਕੋਸ਼ਿਸ਼ ਕੀਤੀ ਪੂਰੀ ਆ ਬੜੀ ਕਿ ਮੇਰੀ ਸਪੀਕਿੰਗ ਵਧੀਆ ਜਾਵੇ ਤੇ ਮੈਨੂੰ ਇੱਕ ਚੀਜ਼ ਦੱਸੋ ਜਸਪ੍ਰੀਤ ਜਿਉ ਤੁਸੀਂ ਕਲਾਸ ਚ ਵੈਸੇ ਕਲਾਸ ਚ ਤੁਸੀਂ ਜਿਵੇਂ ਕਹਿੰਦੇ ਇੱਕ ਮੰਥ ਤੁਸੀਂ ਨੀਅਰ ਬੋਡ ਲਾਇਆ ਸੀਗਾ 20 25 ਦਿਨ ਤੁਸੀਂ ਲਾਇਏ ਸੀਗੇ ਤੇ 20 25 ਦਿਨਾਂ ਦੇ ਵਿੱਚ ਤੁਸੀਂ ਕਿੰਨੇ ਮੌਕ ਟੈਸਟ ਦੇਤੇ ਸੀਗੇ ਸਰ ਮੈਂ ਮੈਕਸਿਮਮ ਮੇਰੇ ਹਿਸਾਬ ਨਾਲ ਮੈਂ 4 ਕੀ ਮੌਕ ਟੈਸਟ ਦਿੱਤੇ ਸੀ 4 ਕੀ ਮੌਕ ਟੈਸਟ ਦਿੱਤੇ ਤੁਸੀਂ ਤੇ ਕੀ ਐਵਰੇਜ ਤੁਹਾਡੀ ਰਹਿੰਦੀ ਸੀ ਮੌਕ ਟੈਸਟ ਦੇ ਵਿੱਚ ਸਰ ਮੇਰੇ ਜਿਹੜਾ ਸਭ ਤੋਂ ਪਹਿਲਾ ਅਟੈਂਪਟ ਸੀਗਾ ਉਹਦੇ ਵਿੱਚੋਂ ਮੇਰੀ ਲਿਸਨਿੰਗ ਵਿੱਚੋਂ ਸਕਿਪ ਹੋ ਗਏ ਸੀਗੇ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਪੈਟਰਨ ਤੇ ਉਦੋਂ ਮੇਰੇ ਓਵਰਆਲ 62 ਆਏ ਸੀਗੇ ਮੌਕ ਟੈਸਟ ਵਿੱਚੋਂ ਠੀਕ ਹੈ ਫਸਟ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਮੈਂ ਮੌਕ ਟੈਸਟ ਦਿੱਤੇ ਆ ਇੱਕ ਵਾਰ ਮੇਰੇ ਸਪੀਕਿੰਗ ਵਿੱਚੋਂ 84 ਵੀ ਆਏ ਆ ਹੂੰ ਹਾਂਜੀ ਤੇ ਉਹੀ ਮੌਕ ਟੈਸਟ ਤੋਂ ਬਾਅਦ ਤੁਸੀਂ ਮੈਨੂੰ ਕਿਹਾ ਸੀਗਾ ਕਿ ਤੂੰ 90 ਟੱਚ ਕਰਾ ਸਕਦੀ ਹੈ ਤੇ ਐਗਜ਼ਾਮ ਤੁਸੀਂ ਮਤਲਬ ਜਸਪ੍ਰੀਤ ਕਿੰਨੇ ਟਾਈਮ ਆਦ ਫਿਲ ਕਰਤਾ ਸੀਗਾ ਮਤਲਬ ਜਦੋਂ ਲਾਸਟ ਐਗਜ਼ਾਮ ਦਿੱਤਾ ਤੁਸੀਂ ਲਾਸਟ ਤੁਸੀਂ ਇਹ ਟੈਸਟ ਦਿੱਤਾ ਮੌਕ ਟੈਸਟ ਲਾਸਟ ਮੌਕ ਟੈਸਟ ਕਿੰਨੀ ਸਕੋਰਿੰਗ ਸੀ ਤੁਹਾਡੀ ਓਵਰਆਲ ਓਵਰਆਲ ਸਰ ਮੇਰੀ 65 ਸੀ 65 ਓਵਰਆਲ ਸੀਗੀ ਤੇ ਨੀਅਰ ਅਬਾਊਟ ਇੰਨੇ ਕੀ ਟੋਟੇ ਹੋਣ ਆਏ ਆ ਹਾਂਜੀ ਸਰ ਆ ਦੇ ਵਿੱਚ ਵੀ ਤੇ ਜਸਪ੍ਰੀਤ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਸੀ ਐਪ ਯੂਨੀ ਤੇ ਹਾਂਜੀ ਰੀਅਲ ਐਗਜ਼ਾਮ ਚ ਲੱਗਿਆ ਕੁਛ ਇਤਾਂ ਦਾ ਵੀ ਹਾਂ স্পੀਕਿੰਗ ਥੋੜਾ ਰੀਅਲ ਐਗਜ਼ਾਮ ਬੜਾ ਈਜ਼ੀ ਲੱਗਿਆ ਮੌਕ ਟੈਸਟ ਨਾਲ ਹਾਂਜੀ ਮੈਂ ਤਾਂ ਉਹਨੂੰ ਸਪੈਸ਼ਲੀ ਉਸਨ ਕਾਲ ਵੀ ਕੀਤੀ ਸੀ ਕਿ ਸਰ ਇਹ ਤਾਂ ਐਗਜ਼ਾਮ ਬੜੀ ਛੇਤੀ ਮੁੱਕ ਗਿਆ ਮੌਕ ਟੈਸਟ ਬੜਾ ਲੰਬੀ ਹੁੰਦਾ ਜੀ ਬਿਲਕੁਲ ਤੇ ਇਹ ਐਗਜ਼ਾਮ ਜਦੋਂ ਤੁਸੀਂ ਪਰਫਾਰਮ ਕਰਦੇ ਪਏ ਸੀ ਜਦੋਂ ਤੁਸੀਂ ਫਸਟ ਟਾਈਮ ਐਗਜ਼ਾਮ ਦੇਣ ਗਏ ਸੀਗਾ ਪਹਿਲਾਂ ਥੋੜਾ ਫਸਟ ਅਟੈਂਪਟ ਸੀਗਾ ਕਿੰਨਾ ਕਰੋਲਰ ਰੱਪਾ ਸੀਗਾ ਕਿੰਨੀ ਕਰ ਨੌਇਸ ਸੀਗੀ ਸੈਂਟਰ ਦੇ ਵਿੱਚ ਸਰ ਰੋਲਰ ਰੱਪਾ ਹੈਗਾ ਸੀਗਾ ਨੌਇਸ ਹੈਗੀ ਸੀਗੀ ਹਾਂਜੀ ਰੀਡ ਅਲੌਡ ਦੀ ਵਾਰੀ ਨੂੰ ਬੜੀ ਨੌਇਸ ਸੀਗੀ ਓ ਹਾਂਜੀ ਰੀਡ ਲੋਡ ਰੀਡ ਲੋਡ ਕਿੱਦੇ ਕਿ ਲੈਂਥੀ ਆਏ ਪੇਪਰ ਚ ਸਰ ਲੈਂਥੀ ਤਾਂ ਨਹੀਂ ਸੀਗੇ ਨਾਰਮਲ ਹੀ ਸੀਗੇ ਐਵਰੇਜ ਸੀਗੇ ਹਾਂਜੀ ਤੇ ਓਕੇ ਵੀ ਨਹੀਂ ਸੀਗੇ ਜਿਵੇਂ ਨਾ ਆਇਆ ਪਿਊਨਿਕ ਬੜੇ ਟਿਪੀਕਲ ਜਿਹੇ ਵਰਡ ਆ ਜਾਂਦੇ ਜਿਹੜੇ ਸਭ ਤੋਂ ਪ੍ਰੋਨਾਨਸ ਔਨ ਓੱਖਾ ਹੁੰਦਾ ਤੁਸੀਂ ਇੱਕ ਐਗਜ਼ਾਮਪਲ ਦੇ ਸਕਦੇ ਬੱਚਾ ਨੂੰ ਵੀ ਕਿੱਦਾਂ ਦਾ ਔਖਾ ਵਰਡ ਆ ਗਿਆ ਉਹ ਵੱਧ ਤੋਂ ਵੱਧ ਐਗਜ਼ਾਮਪਲ ਔਖਾ ਵਰਡ ਤਾਂ ਕੋਈ ਨਹੀਂ ਸੀਗਾ ਰੈਗੂਲਰ ਬੇਸਿਸ ਵਾਲੇ ਸੀ ਰੈਗੂਲਰ ਬੇਸਿਸ ਸਾਰੇ ਆਰਗੇਨਾਈਜੇਸ਼ਨ ਸਟਰਕਚਰ ਗਵਰਨਮੈਂਟ ਆ ਸਾਰੀਆਂ ਚੀਜ਼ਾਂ ਇਹੀ ਸੀਗੀਆਂ ਕੋਈ ਔਖਾ ਵਰਡ ਨਹੀਂ ਸੀਗਾ ਤੇ ਜਿਹੜੇ ਤੁਹਾਨੂੰ ਰਿਪੀਟ ਸੈਂਟੈਂਸ ਸੀਗੇ ਕਿੱਡੀ ਕਿ ਲੈਂਥ ਦੇ ਆਏ ਸੀਗੇ ਸਰ ਰਿਪੀਟ ਸੈਂਟੈਂਸ ਮੇਰੇ ਲੈਂਥੀ ਸੀਗੇ ਲੈਂਥੀ ਮੈਂ ਇਹ ਨਹੀਂ ਕਹਿ ਸਕਦੀ ਕਿ ਲੈਂਥੀ ਸੀ ਜਿਹੜੇ ਸ਼ਾਰਟ ਵੀ ਸੀਗੇ ਨਾ ਐਕਸੈਂਟ ਥੋੜਾ ਤੇਜ਼ ਸੀਗਾ ਬੋਲਣ ਦੇ ਵਿੱਚ ਉਹਨਾਂ ਦਾ ਟੱਚ ਉਹਦਾਂ ਦਾ ਸੀਗਾ ਹਾਂਜੀ ਹਾਂਜੀ ਬੋਲਣ ਬਟ ਫਿਰ ਵੀ ਮੈਂ ਟਰਾਈ ਕੀਤਾ ਸੀਗਾ ਐਕਸੈਂਟ ਦੀ ਪ੍ਰੋਬਲਮ ਆਈ ਸੀਗੀ ਮੈਨੂੰ ਬਾਕੀ ਓਵਰਆਲ ਜਿਹੜੇ ਪਹਿਲੇ 4 ਰਿਪੀਟ ਸੈਂਟੈਂਸ ਸੀਗੇ ਉਹ ਛੋਟੇ ਹੀ ਸੀਗੇ ਤੇ ਜਿਹੜੇ ਫਿਰ ਅੱਗੇ ਉੱਗ ਜਾਂਦੇ ਗਏ ਉਹ ਫਿਰ ਲੈਂਥੀ ਹੁੰਦੇ ਗਏ ਤੇ ਥੋੜਾ ਧਿਆਨ ਚ ਰੱਖਿਆ ਵੀ ਕਿੰਨੇ ਲੈਂਥ ਕਿੱਡੇ ਕਿ ਲੰਬੇ ਆਏ ਸੀ मैक्सिमम मेरे आई थिंक 14 ਤੋਂ 15 ਵਰਡ ਸੀਗੇ 14 to 15 ਵਰਡ ਦਾ ਰਿਪੀਟ ਸੈਂਟੈਂਸ ਤੁਹਾਨੂੰ ਫੇਸ ਕਰਨਾ ਪਿਆ ਠੀਕ ਜੀ ਮਤਲਬ ਹਾਈएस्ट ਇੱਥੇ ਤੱਕ ਚਲਾ ਗਿਆ ਸੀਗਾ ਫਿਰ ਹਾਈएस्ट ਇੱਥੋਂ ਤੱਕ ਚਲੇ ਗਿਆ ਸਰ ਜਿਹੜਾ ਲਾਸਟ ਰਿਪੀਟ ਸੈਂਟੈਂਸ ਸੀਗਾ ਟੋਟਲ ਕਿੰਨੇ ਗਏ ਸੀਗੇ ਐਗਜ਼ਾਮ 'ਚ ਸਰ ਮੈਨੂੰ 11 to 12 ਸੀਗਾ ਜੈਨ 11 to 12 ਸੀਗੇ ਲਾਸਟ ਵਾਲੇ ਰਿਪੀਟ ਸੈਂਟੈਂਸ 14 15 ਤੱਕ ਚਲੇ ਗਏ ਸੀਗੇ ਹਾਂਜੀ ਹਾਂਜੀ ਸਰ ਠੀਕ ਹੈ ਤੇ ਜਸਪਰੀ ਤੋਂ ਸਾਰਾ ਚੱਕਣ ਦੀ ਕੋਸ਼ਿਸ਼ ਕੀਤੀ ਵੀ 60 70% ਨਹੀਂ ਸਰ ਮੈਂ ਸਾਰਾ ਨਹੀਂ ਚੱਕਿਆ ਠੀਕ ਹੈ ਸਰ ਜਿਹੜੇ ਮੈਨੂੰ ਸ਼ਬਦ ਐਮ ਲਈ ਈਜ਼ੀ ਲੱਗੇ ਨਾ ਵਰਡ ਉਹੀ ਚੱਕੇ ਮੈਂ ਮੈਂ 60 70% ਕੰਟੈਂਟ ਤੇ ਧਿਆਨ ਰੱਖਿਆ ਹਾਂ ਜੀ ਹਾਂਜੀ ਕੰਟੈਂਟ ਚੱਕਿਆ ਜਿਹੜੇ ਮੈਨੂੰ ਵਰਡ ਮੈਂ ਦਿਮਾਗ 'ਚ ਰੱਖੇ ਕੀਆ ਈਜ਼ੀ ਆ ਉਹੀ ਚੱਕੇ ਸਰ ਮੈਂ ਪੂਰਾ ਨਹੀਂ ਚੱਕਿਆ ਮੈਂ ਸੈਂਟੈਂਸ ਠੀਕ ਹੈ ਤੇ ਜਸਪੀਰ ਡਿਸਕਰਾਇਬ ਇਮੇਜਸ ਦੇ ਵਿੱਚ ਤੁਹਾਨੂੰ ਕੀ ਜ਼ਿਆਦਾ ਦੇਖਣ ਨੂੰ ਮਿਲਿਆ ਬਾਰ ਗ੍ਰਾਫ ਲਾਈਨ ਗ੍ਰਾਫ ਮੈਪ ਕੀ ਸੀਗਾ ਡਿਸਕਰਾਇਬ ਇਮੇਜਸ ਦੇ ਵਿੱਚ ਜ਼ਿਆਦਾ ਆਇਆ ਸਰ ਬਾਰ ਗ੍ਰਾਫ ਹੀ ਸੀਗੇ ਮੈਨੂੰ ਬਾਰਗਰਾਫੀ ਐਸੀ ਕਿ ਤੁਹਾਨੂੰ ਨੋਰਮਲ ਸੀ ਕਿ ਜ਼ਿਆਦਾ ਕੰਪਲੀਕੇਟਡ ਜੇ ਤਾਂ ਨਹੀਂ ਸੀਗੇ ਨਹੀਂ ਨਹੀਂ ਸਰ ਨੋਰਮਲ ਸੀਗੇ ਇੱਕ ਨਾ ਸਾਰੀ ਮੈਨੂੰ ਬੜੀ ਮੈਨੂੰ ਹਾਸਾ ਆਇਆ ਉਹ ਦੇਖ ਕੇ ਉਹਨਾਂ ਪੈਨ ਨਾਲ ਰਾਈਟ ਕੀਤਾ ਹੋਇਆ ਸੀ ਆਪ ਓਕੇ ਪੈਨ ਨਾਲ ਬਣਾ ਕੇ ਰਾਈਟ ਕੀਤਾ ਹੋਇਆ ਸੀ ਪੈਨ ਨਾਲ ਬਣਾ ਕੇ ਨਾ ਉਹ ਗ੍ਰਾਫ ਆਪ ਰਾਈਟ ਕੀਤਾ ਹੋਇਆ ਸੀਗਾ ਮੈਨੂੰ ਉਹ ਆਇਆ ਐਗਜ਼ਾਮ 'ਚ ਜੇ ਮੈਂ ਪੇਜ ਤੇ ਕਾਪੀ ਤੇ ਗ੍ਰਾਫ ਵਾਲੀ ਹਾਂਜੀ ਪੇਜ ਤੇ ਪੇਜ ਤੇ ਆਪਣੇ ਹੈਂਡ ਰਿਟਨ ਬਣਾਇਆ ਹੋਇਆ ਜਿਵੇਂ ਸਮਝ ਆ ਰਿਹਾ ਸੀ ਔਜ਼ੀਲੀ ਹਾਂਜੀ ਸਮਝ ਆ ਰਿਹਾ ਸੀ ਈਜ਼ੀਲੀ ਲਿਖਿਆ ਹੋਇਆ ਸੀਗਾ ਠੀਕ ਹੈ ਤੇ ਜਸਪ੍ਰੀਤ ਟੈਂਪਲੇਟ ਕਿਹੜਾ ਫਾਲੋ ਕੀਤਾ ਸੀਗਾ ਤੁਸੀਂ ð i can see ਵਾਲਾ i can see ਵਾਲਾ ਟੈਂਪਲੇਟ ਤੁਸੀਂ ਵਰਕ ਕਰ ਰਹੇ ਹੋ ਹਾਂਜੀ ਕਾਫੀ ਬੱਚਾ ਦੇ ਮੈਸੇਜ ਆ ਰਹੇ ਵੀ i can see ਵਾਲਾ ਟੈਂਪਲੇਟ ਵਰਕ ਕਰਦਾ ਹੈ ਕਿਸ ਤਰ੍ਹਾਂ ਹਾਂਜੀ ਮੇਰਾ ਮੇਰਾ ਫਲੋ ਨਹੀਂ ਇੰਪਰੂਵ ਹੋ ਰਿਹਾ ਸੀਗਾ ਫਰੋਮ ਦਾ ਪਿਕਚਰ i can see ਉਹਨਾ ਫਰੋਮ ਦਾ ਪਿਕਚਰ ਜਦੋਂ ਮੈਂ ਕਹਿੰਦੀ ਸੀਗੀ ਉਹ ਕਲੀਅਰ ਨਹੀਂ ਆਉਂਦਾ ਸੀਗਾ ਫਿਰ ਉੱਥੇ ਫਿਰ ਉਹ ਤੋਂ ਬਾਅਦ ਮੈਂ i can see i can see ਦੀ try ਕੀਤਾ ਫਰੋਮ ਦਾ ਪਿਕਚਰ ਤੁਸੀਂ ਮੂਵ ਕਰਦਾ ਫਲੋ ਆਉਂਦਾ ਮੇਚਰ ਨਹੀਂ ਦਿਖਾਉਂਦਾ ਹੈਗਾ ਹਾਂ ਹਾਂਜੀ ਸਿੱਧਾ i can see ਬੋਲਦੇ ਸੀਗੇ i can see i can see ਸੰਜੀ ਸਰ ਉਹੀ ਕੀਤਾ ਫਿਰ ਮੈਂ ਠੀਕ ਹੈ ਵੈਰੀ ਗੁੱਡ ਤੇਰੀ ਟੈਕ ਲੈਕਚਰ ਕਿਹੜਾ ਟੈਂਪਲੇਟ ਤੁਸੀਂ ਯੂਜ਼ ਕਰਦੇ ਸੀਗੇ ਸਰ ਉਹੀ ਆਈ ਕੈਨ ਹੇਅਰ ਵਾਲਾ ਫਰੋਮ ਦਾ ਲੈਕਚਰ ਆਈ ਕੈਨ ਹੇਅਰ ਫਰੋਮ ਦਾ ਲੈਕਚਰ ਆਈ ਕੈਨ ਬੈਸਟ ਟੈਂਪਲੇਟ ਆ ਬੈਸਟ ਸਕੋਰਿੰਗ ਆ ਸਪੀਕਿੰਗ ਚ 65 ਆ ਤੇ ਸਪੀਕਿੰਗ ਚ ਕੋਈ ਚੀਜ਼ ਰਿਪੀਟ ਹੋਈ ਹੋਵੇ ਤੁਹਾਨੂੰ ਲੱਗਿਆ ਹੋਵੇ ਨਹੀਂ ਸਰ ਸਪੀਕਿੰਗ ਚ ਮੇਰੀ ਕੋਈ ਚੀਜ਼ ਨਹੀਂ ਰਿਪੀਟ ਹੋਈ ਕੋਈ ਮਤਲਬ ਸਾਰਾ ਨਿਊ ਸੀਗੇ ਮੋਡਿਊਲਸ ਦੇਖਣਾ ਸਾਰਾ ਨਿਊ ਸੀਗਾ ਹਾਂਜੀ ਤੇ ਜੇ ਆਪਾਂ ਰਾਈਟਿੰਗ ਗੱਲ ਵਧਈਏ ਹੁਣ ਰਾਈਟਿੰਗ ਦੀ ਸਮਰੀ ਜਿਹੜੀ ਸੀਗੀ ਸਮਰਾਈਜ਼ਡ ਟੈਕਸ ਰਾਈਟਿੰਗ ਦੀ ਸਮਰੀ ਚ ਸਰ ওই ਜਿਹੜੇ ਤੁਸੀਂ ਦੱਸੇ ਸੀ ਇਹ ਹਾਈਫਨ ਵਾਲੇ রাইਟਿੰਗ ਦੀ ਸਮਰੀਚ ਸਰ ਮੈਨੂੰ ਐਕਸਟਰਾ ਅਪਰੋਕਸੀਮੇਟਲੀ ਯਾਦ ਨਹੀਂ ਆਏਗਾ রাইਟਿੰਗ ਦੀ ਸਮਰੀਚ ਵਿੱਚ ਮੈਂ ਆਪਾਂ ਕਨੈਕਟਰ ਯੂਜ਼ ਕਰਦੇ ਹੁੰਦੇ ਸੀਗੇ ਜੇ ਲਾਈਨ ਖਤਮ ਹੋਣ ਤੋਂ ਬਾਅਦ ਕੀ ਐਡ ਕਰਦੇ ਸੀਗੇ ਹਾਂਜੀ ਹਾਂਜੀ ਸਰ ਉਹੀ ਦੱਸਣ ਲੱਗੀ ਜਦੋਂ ਪਹਿਲੀ ਲਾਈਨ ਚੱਕ ਕੇ ਫਿਰ ਫਿਰ ਰੀਸੈਂਟ ਸਟੱਡੀਜ਼ ਹੈਵ ਨਾਟ ਓਨਲੀ ਰੀਵੀਲਡ ਥੈਟ ਉਹ ਵਾਲੇ ਆ ਸਰ ਉਹੀ ਵਾਲੀ ਟੈਂਪਲੇਟ ਠੀਕ ਹੈ ਮੈਂ ਦੋ ਚੀਜ਼ਾਂ ਸ਼ੇਅਰ ਕੀਤੀਆਂ ਸੀਗੀਆਂ ਇੱਕ ਸਿੰਪਲ ਐਡ ਐਂਡ ਰੀਸੈਂਟ ਸਟੱਡੀਜ਼ ਵਾਲੇ ਨਹੀਂ ਮੈਂ ਸਾਰੇ ਟੈਸਟ ਵਿੱਚ ਪਹਿਲਾਂ ਵੀ ਪ੍ਰੈਕਟਿਸ ਉਹਨਾਂ ਦੀ ਕੀਤੀ ਸੀਗੀ ਰੀਸੈਂਟ ਰੀਸੈਂਟ ਸਟੱਡੀਜ਼ ਵਾਲੇ ਵੀ ਕੀਤੀ ਸੀਗੀ ਹਾਂਜੀ ਸਰ ਅਜੀ ਲਾਸਟ ਟੈਂਪਲੇਟ ਆ ਐਗਜ਼ਾਮ ਤੇ ਤੁਹਾਡੇ ਰਾਈਟਿੰਗ ਚ ਵੀ ਮੈਂ ਦੇਖਤਾ ਵਾ 60 ਪਲੱਸ ਸਕੋਰ ਆ ਵਧੀਆ ਸਕੋਰਿੰਗ ਬਿਲਕੁਲ ਟੈਂਪਲੇਟ ਐਗਜ਼ਾਮ ਤੇ ਵੀ ਉਹਨੇ ਵਰਕ ਕੀਤਾ ਤੇ ਰਾਈਟਿੰਗ ਦਾ ਐਸੇ ਜਿਹੜਾ ਸੀਗਾ ਉਹ ਤੁਸੀਂ ਕਿਹੜਾ ਫਾਲੋ ਕਰਦੇ ਸੀ ਜਿਹੜਾ ਮੈਂ ਪ੍ਰੋਵਾਈਡ ਕੀਤਾ ਹਾਂਜੀ ਹਾਂਜੀ ਉਹੀ ਸਰ ਉਹੀ ਟਾਈਮ ਇਹ ਰਾਈਟਿੰਗ ਦਾ ਨਾ ਮੈਂ ਤੁਹਾਨੂੰ ਐਸੇ ਚੱਕ ਕੁਐਸਚਨ ਪੁੱਟ ਕਰੂੰਗਾ ਰਾਈਟਿੰਗ ਦੇ ਐਸੇ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੁਝ ਲਿਖਿਆ ਸੀ ਕਿ ਸਟੇਟਮੈਂਟ ਦੇ ਚੱਕੇ ਵਿੱਚ ਪਾਤਾ ਸੀ ਹਾਂਜੀ ਸਰ ਮੈਂ ਕੋਈ ਜਿਵੇਂ ਨਾ ਪਹਿਲਾਂ ਮੈਂ ਨਾ ਇਕੱਲੇ ਕੀਵਰਡ ਲਿਖਦੀ ਸੀਗੀ ਤੇ ਉਹਦੇ ਨਾਲ ਮੇਰੀ ਆਂਦੀ ਨਹੀਂ ਸੀਗੀ ਸਕੋਰਿੰਗ ਫਿਰ ਨਾ ਮੈਂ ਤੁਹਾਡੇ ਤੋਂ ਵੀ ਪੁੱਛਿਆ ਸੀਗਾ ਕੁਐਸਚਨ ਕਲਾਸ ਵਿੱਚ ਕਿ ਮੈਂ ਆਪਣੇ ਸੈਂਟੈਂਸ ਐਡ ਕਰ ਸਕਦੀ ਆ ਕਿ ਮੈਨੂੰ ਗ੍ਰਾਮਰ ਦੀ ਨੋਲੇਜ ਹੈਗੀ ਐ ਤੇ ਤੁਸੀਂ ਕਿਹਾ ਸੀ ਹੈ ਕਿ ਹਾਂ ਵੀ ਪੂਰੇ ਪੂਰੇ ਸੈਂਟੈਂਸ ਤੁਸੀਂ ਐਡ ਕਰ ਸਕਦੇ ਆ ਫਿਰ ਮੈਨੂੰ ਰੀਜਨ ਪਤਾ ਸੀਗਾ ਸਰ ਮੈਨੂੰ ਈਜ਼ੀ ਆਇਆ ਸੀਗਾ ਟੌਪਿਕ ਤੇ ਫਿਰ ਮੈਂ ਚਾਰ ਲਾਈਨਸ ਐਡ ਕਰ ਦਿੱਤੀ ਅਸੀਂਆਂ। ਵੈਰੀ ਗੁੱਡ। ਤੇ ਜਪ੍ਰੀਤ ਐਸੇ ਜਿਹੜਾ ਸੀਗਾ ਐਗਜ਼ਾਮ ਚੈੱਕ ਆਇਆ ਸੀ ਕਿ ਦੋ ਆਏ ਸੀ। ਇੱਕ ਆਇਆ ਸੀ ਸਰ। ਟਾਈਮ ਕਵਰ ਹੋ ਗਿਆ ਸੀ? ਹਾਂਜੀ ਸਰ ਬਿਲਕੁਲ ਮੇਰੇ ਤਾਂ ਅਪ੍ਰੋਕਸੀਮੇਟਲੀ 4 ਮਿੰਟ ਮੈਨੂੰ ਬਚ ਗਏ ਸੀਗੇ ਤੇ ਮੈਂ ਸਾਰੀ ਫਿਰ ਬ੍ਰੀਫ ਰੀਡਿੰਗ ਕੀਤੀ ਪੂਰੀ ਆਪਣੀ। ਪ੍ਰੂਫ ਰੀਡਿੰਗ ਹੋ ਗਈ ਸੀ ਤੁਹਾਡੀ? ਹਾਂਜੀ ਹਾਂਜੀ ਬਿਲਕੁਲ ਸਰ। ਵੈਰੀ ਗੁੱਡ। ਤੇ ਰੀਡਿੰਗ ਕਿੰਨੀ ਔਖੀ ਸੀ ਪੇਪਰ ਚ? ਸਰ ਰੀਡਿੰਗ ਨਾ ਜੇ ਮੈਂ ਕਹਾਂ ਤਾਂ ਮੈਂ ਦੋ ਫਿਲਅਪਸ ਵਿੱਚ ਤੁੱਕੇ ਲਾਏ। ठीक है। ਮੈਨੂੰ ਪਤਾ ਕੀ ਸੀਗਾ ਕਿ ਮੇਰਾ ਟਾਈਮ ਛੇਤੀ-ਛੇਤੀ ਲੰਘੇ ਕਿ ਮੈਂ ਆਪਣਾ ਲਿਸਨਿੰਗ ਦਾ ਪਾਰਟ ਵਧੀਆ ਕਰਾਂ। ਕਿ ਮੈਨੂੰ ਇਹ ਸੀਗਾ ਕਿ ਮੇਰੀ ਸਪੀਕਿੰਗ ਵਧੀਆ ਹੋਈ ਹੈ। ਸਪੀਕਿੰਗ ਨੇ ਰੀਡਿੰਗ ਨੂੰ ਮੇਰੇ ਸਕੋਰ ਦੇ ਦੇਣੇ ਆ। ਬਟ ਫਿਰ ਵੀ ਜਿਹੜੀਆਂ ਮੈਂ ਫਿਲਪਸ ਅੱਧੀਆਂ ਮੈਨੂੰ ਬਿਲਕੁਲ ਈਜ਼ੀ ਲੱਗੀਆਂ ਉਹ ਤਾਂ ਮੈਂ ਬੜੀ ਮਨ ਲਗਾ ਕੇ ਕੀਤੀਆਂ ਕਿ ਹਾਂ ਮੇਰੇ ਸਹੀ ਜਾਣ। ਜਿਹੜੀ ਟ੍ਰਿਕੀ ਸੀਗੀਆਂ ਫਿਰ ਮੈਂ ਉਹ ਤੁੱਕਾ ਲਾਇਆ ਉੱਥੇ ਕਿ ਕੋਈ ਗੱਲ ਨਹੀਂ ਜਾਣ ਦੋ ਕਿਤੇ ਨਹੀਂ ਕੁਝ ਨਹੀਂ ਹੋ ਗਿਆ। ਪਰ ਹੁਣ ਤੁਸੀਂ ਮੇਰੇ ਤੋਂ ਇੱਕ ਕੁਛ ਨੁਕਟ ਕਰਨਾ ਚਾਹੁੰਦੇ ਜਿਵੇਂ ਤੁਸੀਂ ਸਟਾਰਟਿੰਗ ਚ ਪਹਿਲਾਂ ਕਿਹਾ। ਰਾਈਟਿੰਗ ਦੇ ਬੱਚੋ ਮੈਨੂੰ ਗ੍ਰਾਮਰ ਥੋੜੀ ਨੋਲੇਜ ਹੈ ਗ੍ਰਾਮਰ ਦੀ ਤੇ ਹੁਣ ਤੁਸੀਂ ਇੱਥੇ ਤੁੱਕੇ ਦੀ ਗੱਲ ਕੀਤੀ ਮਤਲਬ ਰੀਡਿੰਗ ਚ ਗ੍ਰਾਮਰ ਨਹੀਂ ਯੂਜ਼ ਹੋਈ ਨਹੀਂ ਸਰ ਮੈਨੂੰ ਨਹੀਂ ਲੱਗਦਾ ਕਿ ਤੋਂ ਵੀ ਹੈ ਕਿ ਕਈ ਕਈ ਇੱਕ ਫਿਲਮਸ ਹੈਗੀ ਸੀ ਜਿਹੜੀ ਮੈਨੂੰ ਐਨ ਸਮਝ ਆ ਗਈ ਉਹ ਜਾਂਦੀ ਸੀ ਬਟ ਕੁਝ ਰੀਡਿੰਗ ਗ੍ਰਾਮਰ ਤੇ ਬੇਸ ਨਹੀਂ ਹੈਗੀ ਹਾਂਜੀ ਸਰ ਸਾਰਾ ਪੇਪਰ ਨਹੀਂ ਐਦਾਂ ਨਹੀਂ ਨਾ ਹੁੰਦਾ ਕਿ ਸਾਰੀਆਂ ਫਿਲਮਸ ਸੀ ਇਜ਼ੀ ਹੋਣ ਐਦਾਂ ਨਹੀਂ ਹੁੰਦਾ ਇਹ ਵਿੱਚ ਇੱਕ ਦੋ ਟ੍ਰਿਕੀ ਸੀਗੀਆਂ ਫਿਰ ਉਹਦੇ ਵਿੱਚ ਮੈਂ ਤੁੱਕੇ ਲਾਏ ਉਹ ਠੀਕ ਹੈ ਤੇ ਕੁਸ਼ ਬਕਾਇਬ ਨੇ ਹੈਲਪ ਕੀਤੀ ਜਿਹੜੀ ਪ੍ਰੋਵਾਈਡ ਕੀਤੀ ਹਾਂਜੀ ਸਰ ਹੈਲਪ ਕੀਤੀ ਹੈ ਮੇਰੀ ਵੋਕੇਬ ਨੇ ਥੋੜੀ-ਬਹੁਤ ਮੈਂ ਕਹਿ ਸਕਦੀ ਹਾਂ ਵੋਕੇਬ ਜਿਹੜੀ ਤੁਸੀਂ ਆਦੋਂ ਕਰਦੇ ਹੁੰਦੇ ਸੀ ਐਪੀਓ ਨੇ ਤੋਂ ਕੀਤੀ ਹੈ ਕਿ YouTube ਤੋਂ ਕੀਤੀ ਸਰ ਮੈਂ YouTube ਤੋਂ ਕੀਤੀ ਮੈਂ YouTube ਤੋਂ ਵੋਕੇਬ ਕੀਤੀ ਮੈਂ ਤੁਸੀਂ ਜਿਹੜੀਆਂ ਪ੍ਰੋਟੈਕਸ਼ਨ ਤੋਂ ਨਾਰਮਲ ਕੋਈ ਪਾਰਟਿਕੂਲਰ ਵੀਡੀਓ ਕੇ ਵੈਸੇ ਨਹੀਂ ਸਰ ਵੈਸੇ ਹੀ ਬੜੀ ਮੈਂ ਸਰਚ ਕਰ ਲਈ ਸੀ ਗਿਆ ਬਹੁਤ ਕੰਟੈਕਟ ਨਿਕਲ ਗਏ ਸੀਗੇ YouTube ਤੋਂ ਓਕੇ ਵੈਸੇ ਤੁਸੀਂ ਵੀਡੀਓਜ਼ ਦੇ ਵਿੱਚ ਮਤਲਬ ਕਰ ਲੈਂਦਾ ਸੀ ਉਹ ਤੋਂ ਵੋਕੇਬ ਚੱਕ ਲੈਂਦੇ ਸੀ ਹਾਂਜੀ ਹਾਂਜੀ ਉੱਥੋਂ ਮੈਂ ਵੋਕੇਬ ਚੱਕ ਲਈ ਸੀ ਮੈਂ ਲਿਸਨਿੰਗ ਦੇ ਸਪੈਲਿੰਗ ਵੀ ਸਾਰੇ ਸਰ YouTube ਤੋਂ ਹੀ ਕਰਦੀ ਸੀਗੀ ਵੈਰੀ ਗੁੱਡ ਤੇ ਜਿਹੜੇ ਮੈਂ ਗੱਲ ਕਰਾਂ ਲਿਸਨਿੰਗ ਦੀ ਸਮਰੀ ਦੀ ਸਮਰਾਇਜ਼ ਸਪੋਕਨ ਟੈਕਸਟ ਦੀ ਲਿਸਨਿੰਗ ਦੀ ਸਮਰੀ ਕਿਵੇਂ ਦੇਖਣ ਨੂੰ ਆਈ ਤੁਹਾਨੂੰ ਕਿ ਕਿਹੜਾ ਟੈਂਪਲੇਟ ਯੂਜ਼ ਕੀਤਾ ਸਰ ਉਹੀ ਜਿਹੜੇ ਤੁਸੀਂ ਕਾਮਾ ਵਾਲਾ ਦੱਸਿਆ ਸੀਗਾ ਟੈਂਪਲੇਟ ਕਿ 20 ਕੀਵਰਡ ਚੱਕਣੇ ਆ ਤੇ ਸਮਰੀ ਸਰ ਮੈਨੂੰ ਈਜ਼ੀ ਆਈ ਸੀਗੀ ਤੇ ਐਕਸੈਂਟ ਵੀ ਬੜਾਈ 20 ਕੀਵਰਡ ਜਿਹੜੇ ਮਤਲਬ ਆਪਾਂ ਤੁਸੀਂ ਹਾਈਫਨ ਯੂਜ਼ ਕੀਤਾ ਸੀਗਾ ਉਹ ਸੈਮੀ ਕੋਲਨ ਹਾਂਜੀ ਹਾਈਫਨ ਹਾਂਜੀ ਸਰ ਹਾਈਫਨ ਫਰਮ ਦੈਟ ਚਾਈਨ ਆ ਗਿਆ ਉਹਦੇ ਵਿੱਚ ਵੀ ਹਾਂਜੀ ਉਹ ਤੋਂ ਬਾਅਦ ਹਾਈਫਨ ਹਾਂਜੀ ਗੁੱਡ ਛੀਜ਼ ਉਹ ਵੀ ਤੁਹਾਡੇ ਵਾਸਤੇ ਬੈਸਟ ਜੀਸੀ ਹਾਈਫਨ ਵਾਲੀ ਚੀਜ਼ ਤੇ ਕਿੰਨੇ ਕ ਵਰਡ ਤੁਸੀਂ ਐਗਜ਼ਾਮ 'ਚ ਵੀ ਪਿਕ ਕਰ ਲਏ ਸੀ ਸਰ ਮੈਂ 28 ਵਰਡ ਪਿਕ ਕਰ ਲਏ ਸੀਗੇ ਵੈਰੀ ਗੁੱਡ ਸ਼ਾਬਾਸ਼ ਤੇ ਰਿਕਾਰਡਿੰਗ ਕਿੰਨੀ ਕਾਈ ਸੀ ਪੇਪਰ 'ਚ ਸਰ ਰਿਕਾਰਡਿੰਗ ਠੀਕ ਸੀਗੀ 1 ਮਿੰਟ ਤੋਂ ਜ਼ਿਆਦਾ ਸੀਗੀ 1 ਮਿੰਟ ਤੋਂ ਪਲੱਸ ਦੀ ਰਿਕਾਰਡਿੰਗ ਆਈ ਸੀਗੀ ਹਾਂਜੀ 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 ਠੀਕ ਹੈ ਤੇ ਐਗਜ਼ਾਮ ਦੇ ਵਿੱਚ ਹੁਣ ਲਿਸਨਿੰਗ ਦੀ ਆਪਾਂ ਗੱਲ ਕੀਤੀ ਲਿਸਨਿੰਗ ਜੋ ਸਪੈਲਿੰਗ ਕਿੰਨੇ ਕੋਕੇ ਜੀ ਜਸਪ੍ਰਿਤ ਸਰ ਈਜ਼ੀ ਸੀਗੇ ਸਰ ਮੈਨੇ ਇੱਕ ਹੋਰ ਗੱਲ ਦੇਖੀ ਜਿਹੜਾ ਨਾ ਸਪੈਲਿੰਗ ਮੈਨੂੰ ਲੱਗਿਆ ਕਿ ਹਾਂ ਇਹਦੇ ਨਾਲ ਮੈਨੂੰ ਕਨਫਿਊਜ਼ਨ ਹੈ ਕਿ ਮੈਂ ਸ਼ਾਇਦ ਇਹ ਗਵੈਰਾ ਗਲਤ ਹੋ ਸਕਦਾ ਉਹ ਮੈਂ ਸਕਿਪ ਕਰਤਾ ਫਿਰ ਮੈਂ ਲਿਖਿਆ ਜ਼ਰੂਰ ਸੀਗਾ ਬਟ ਮੈਨੂੰ ਸੀਗਾ ਕਿ ਹਾਂ ਐਸ ਲੱਗਣੀ ਇਹਦੇ ਨਾਲ ਕਿ ਨਹੀਂ ਲੱਗਣੀ ਫਿਰ ਮੈਂ ਉਹ ਚੱਕਿਆ ਹੀ ਨਹੀਂ ਵਰਡ ਮੇਕੋ 28 ਸੀਗੇ ਜੁਗਰ 25 ਫਿਰ ਮੈਂ 25 ਲਿਖ ਕੇ ਆਈ ਉਥੇ ਲਿਸਨਿੰਗ ਦੇ ਸਬਰੀ ਚ ਰਿਸਕੀ ਵਰਡ ਚੱਕਿਆ ਹੀ ਨਹੀਂ ਹਾਂਜੀ ਜਿਹੜਾ ਰਿਸਕੀ ਵਰਡ ਮੈਂ ਚੱਕਿਆ ਹੀ ਨਹੀਂ ਹੈਗਾ ਸਰ ਫਿਰ ਮੈਨੂੰ ਇਹ ਸੀਗਾ ਕਿ ਮਿਸਟੇਕ ਹੋਣੀ ਇਹਦੇ ਨਾਲ ਨਾ ਹੀ ਚੱਕੋ ਵੇਰੀ ਗੁੱਡ ਸ਼ਾਬਾਸ਼ ਤੇ ਲਿਸਨਿੰਗ ਕੋਈ ਇਦਾਂ ਦਾ ਪਾਰਟ ਹੈ ਜਿੱਥੇ ਤੁਹਾਨੂੰ ਲੱਗਿਆ ਹੋਵੇ ਐਕਸੈਂਟ ਆ ਗਿਆ ਹੋਵੇ ਨਹੀਂ ਸਰ ਕੋਈ ਨਹੀਂ ਸੀਗਾ ਐਕਸੈਂਟ ਲਿਸਨਿੰਗ ਸਾਰਾ ਨੋਰਮਲ ਪਾਰਟ ਹੀ ਤੇ ਸਾਰੇ ਨੋਰਮਲ ਸੀਗੇ ਸਰ ਹਾਂਜੀ ਮੈਨੂੰ ਸਿਰਫ ਫਿਲਪਸ ਤੇ ਫਿਲਪਸ ਹੀ ਦੋ ਆਈਆਂ ਸਿਰਫ ਲਿਸਨਿੰਗ ਤੇ ਫਿਲਪਸ ਤੇ ਤੁਹਾਨੂੰ ਸਪੈਲਿੰਗ ਕਿੰਨੇ ਕ ਆ ਗਏ ਓਕੇ ਸਰ ਮੈਨੂੰ ਚਾਰ ਚਾਰ ਫਿਲਪਸ ਸਿਗੀਆਂ ਦੋਨਾਂ ਵਿੱਚ ਇੱਕ 'ਚ ਸ਼ਾਇਦ ਮੇਰਾ ਚਿਲਡਰਨ ਸੀਗਾ ਇੱਕ 'ਚ ਸੌਕੀ ਸੀਗਾ ਸੋਰਸਿਸ ਸੀਗਾ ਟੈਕਨੀਕਲ ਇਦਾਂ ਦੇ ਸੀਗੇ ਸਰ ਵਰਡ ਨੋਰਮਲ ਨੋਰਮਲ ਸਪੈਲਿੰਗ ਹੀ ਜਾ ਰਹੀ ਹੁੰਦੀ ਹੈ ਹਾਂ ਜੀ ਨਹੀਂ ਜਿਵੇਂ ਤੁਸੀਂ ਐਪ ਯੂਨੀ ਤੇ ਪ੍ਰੈਕਟਿਸ ਕਰਦੇ ਸੀ ਆਪ ਜਿਹੜੀ ਤਾਂ ਜਿਵੇਂ ਉਹ ਸਪੈਲਿੰਗ ਸੀ ਬਹੁਤ ਔਖੀ ਸੀਗੀ ਐਪ ਯੂਨੀ ਵਾਲੇ ਤਾਂ ਤੇ ਉਹਦੇ ਰਿਲੇਟਡ ਜਿਵੇਂ ਹੁਣ ਐਗਜ਼ਾਮ ਚ ਦਿੱਤਾ ਤੇ ਕੋਈ ਲੱਗਿਆ ਵੀ ਹਾਂ ਫਰਕ ਨਹੀਂ ਸਰ ਜਿਹੜਾ ਬੱਚਾ ਨਾ ਐਪ ਯੂਨੀ ਤੇ ਪ੍ਰੈਕਟਿਸ ਕਰਦਾ ਉਹਨੂੰ ਰੀਅਲ ਐਗਜ਼ਾਮ ਈਜ਼ੀ ਹੀ ਲੱਗਣਾ ਹਾਂ ਬਿਲਕੁਲ ਹਾਂ ਜੀ ਲੈ ਕੋ ਕੌਨਫੀਡੈਂਸ ਲੈਵਲ ਵੱਧ ਜਾਂਦਾ हां जी कॉन्फिडेंस क्यों कि जब मैं स्पीकिंग ਦਾ ਮੇਰਾ ਪਾਰਟ ਸਰ ਇੱਕ ਨਾ ਰਿਲੈਕਸ ਬੰਦਾ ਫੀਲ ਕਰਦਾ ਜਦੋਂ ਨਾ ਸਪੀਕਿੰਗ ਦਾ ਪਾਰਟ ਚੱਲ ਜਾਂਦਾ ਫਿਰ ਇਹ ਹੁੰਦਾ ਕਿ ਨਹੀਂ ਹੁਣ ਈਜ਼ੀ ਹੋਣਾ ਸਾਰਾ ਪੇਪਰ ਜਦੋਂ ਸਪੀਕਿੰਗ ਵਧੀਆ ਚੱਲ ਜਾਂਦੀ ਬਿਲਕੁਲ 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 ਤੇ ਹਾਈਲਾਈਟ ਇਨਕੋਰੈਕਟ ਵਰਡਸ ਚੈੱਕ ਨਾਸ ਪਾਰਟ ਆਪਣਾ ਸਰ ਇੱਕ ਦੇ ਇੱਕ ਜਿਹੜਾ ਹਾਈਲਾਈਟ ਇਨਕੋਰੈਕਟ ਸੀਗਾ ਉਹ ਥੋੜੀ ਸਪੀਡ ਸੀਗੀ ਫਾਸਟ ਬਾਕੀ ਐਕਸੈਂਟ ਨਹੀਂ ਹੋਕਾ ਸੀਗਾ ਸਪੀਡ ਸੀਗੀ ਉਹ ਸਪੀਡ ਫਾਸਟ ਸੀ ਸਪੀਡ 1.2 ਹਾਂਜੀ ਸਰ ਸਪੀਡ ਫਾਸਟ ਸੀਗੀ ਤੇ ਡਿਕਸ਼ਨਸ ਡਿਕਟੇਸ਼ਨ ਸਰ ਮੈਂ इजीली ਚੱਕ ਲਈ ਸੀ ਗਿਆ ਮੈਨੂੰ 507 ਇੰਨੇ ਕੀ ਵਰਡ ਸੀਗੇ 7 7 8 7 8 ਵਰਡਸ ਦਾ ਡਿਕਟੇਸ਼ਨ ਇੰhier ਡਿਕਟੇਸ਼ਨ ਐਗਜ਼ਾਮ ਤੋਂ ਤਾਂ ਨਹੀਂ ਆ ਕਿ ਚਾਰ ਆ ਹਾਂਜੀ ਤਿੰਨ ਸੀ ਗਿਆ ਸਰ ਤੇ ਕੁਛ ਦੇਖਿਆ ਸੀ ਟਾਈਮ ਕਿੰਨਾ ਕੁ ਬਚ ਗਿਆ ਸੀ ਸਰ ਲਾਸਟ ਜ ਮੈਨੇ ਮੇਰੇ 5 ਤੋਂ 6 ਮਿੰਟ ਪਏ ਸੀਗੇ 5 ਤੋਂ 6 ਮਿੰਟਸ ਡਿਕਟੇਸ਼ਨਾਂ ਤੱਕ ਪੈਂਡਿੰਗ ਸੀ ਤੁਹਾਡੇ ਬਲੈਂਕਸ ਆਪ ਲੋਕਾਂ ਨੂੰ ਸਤਾ ਜਿਆਦਾ ਟਾਈਮ ਮਿਲਿਆ ਆ ਤੁਸੀਂ ਨਹੀਂ ਸਰ ਮੈਂ ਲਾਇਆ ਹੀ ਨਹੀਂ ਬਲੈਂਕਸਾਂ ਤੇ ਟਾਈਮ ਨਾਲ ਦੀ ਨਾਲ ਹੀ ਨੈਕਸਟ ਕਰੀਗੇ ਨਾਲ ਦੀ ਨਾਲ ਹੀ ਇੱਕ ਸਰ ਮੈਨੇ ਉਹ ਦਿੱਕਤ ਪਤਾ ਕਿਹੜੀ ਆਈ ਮਾਰਕਰ ਰੁਕ ਗਿਆ ਓਕੇ ਕਿੱਥੇ ਕਿਹੜੀ ਚੀਜ਼ ਤੇ ਉਹ ਜਦੋਂ ਲਿਸਨਿੰਗ ਦੀ ਬਲੈਂਕਸ ਲਿਖਦੀ ਸੀਗੀ ਚ ਲਿਸਨਿੰਗ ਦੀ ਬਲੈਂਕਸ ਇਸ ਤੇ ਤੁਸੀਂ ਉਹਨਾਂ ਹੈਂਡ ਰੇਜ਼ ਨਹੀਂ ਕੀਤਾ ਫਿਰ ਫਿਰ ਮੈਂ ਨਾ ਸਰ ਮੈਂ ਰੇਜ਼ ਨਹੀਂ ਉਹਨੇ ਪਤਾ ਕੀ ਕੀਤਾ ਉਹ ਕਹਿੰਦੇ ਪਹਿਲੇ ਫਿਰ ਮੈਂ ਨਾ ਸਰ ਦੋਨੋਂ ਹੀ ਮਾਰਕਰ ਓਪਨ ਕਰਕੇ ਨਾ ਦੋ ਟੇਡੇ ਜੇ ਖੜੇ ਕੀਤੇ ਹੋਏ ਸੀਗੇ ਉੱਪਰ ਕੈਪ ਵਾਲੇ ਪਾਸੇ ਨੂੰ ਹਾਂ ਕੈਪ ਲਗਾ ਕੇ ਫਿਰ ਮੈਂ ਨਾ ਉਹ ਇੱਕ ਸਿੱਟ ਦਿੱਤਾ ਜਿਹਦੇ ਜਿਹਦੇ ਦੂਜਾ ਚੱਕਿਆ ਫਿਰ ਮੈਂ ਨਾ ਉਹ ਇੱਕ ਅੱਧਾ ਹੀ ਅੱਖਰ ਲਿਖਿਆ ਹੋਇਆ ਮੇਰੇ ਤੋਂ ਕਿ ਮੈਨੂੰ ਪਤਾ ਸੀਗਾ ਕਿ ਵਰਡਸ ਔਖੇ ਸੀਗੇ ਫਿਰ ਉਹਦੇ ਨਾਲ ਬਟ ਇਹ ਪ੍ਰੋਬਲਮ ਮੈਨੂੰ ਆਈ ਹੈ ਕਿ ਮਾਰਕਰ ਰੁਕ ਗਏ ਸੀਗੇ ਮਾਰਕਰ ਮੜਕੇ ਤੁਸੀਂ ਮਤਲਬ ਸੋਲੂਸ਼ਨ ਤੁਹਾਡਾ ਹੋ ਗਿਆ ਸੀ ਮਾਰਕਰ ਵਾਲਾ ਹਾਂਜੀ ਹਾਂਜੀ ਹੋ ਗਿਆ ਸੀਗਾ ਮੇਰਾ ਓਕੇ ਤੇ ਤੁਸੀਂ ਥੋੜਾ ਦੱਸੋ ਕਿ ਮਾਰਕਰ ਵਾਲਾ ਕਿਵੇਂ ਹੈਂਡ ਰੈਸ ਕਰਕੇ ਕਿਵੇਂ ਮਾਰਕਰ ਤੁਹਾਨੂੰ ਆਇਆ ਕਿਉਂਕਿ ਜੇ ਕਿਸੇ ਨਾਲ ਹੋ ਕੇ ਅੱਗੇ ਤੋਂ ਤੇ ਉਹਨੂੰ ਧਿਆਨ ਰੱਖ ਲੈ ਇਹ ਚੀਜ਼ ਦਾ ਹਾਂਜੀ ਹਾਂਜੀ ਸਰ ਉਹਨੇ ਮਤਲਬ ਪਹਿਲੀ ਕਿਹਾ ਕੀ ਹੁੰਦਾ ਤੁਹਾਨੂੰ ਕਿ ਜਦੋਂ ਵੀ ਤੁਹਾਡਾ ਉਹਨੇ ਪਹਿਲਾਂ ਇਦਾਂ ਕਿਹਾ ਹੁੰਦਾ ਕਿ ਪਹਿਲਾਂ ਇੱਕੋ ਮਾਰਕਰ ਯੂਜ਼ ਕਰੋ ਕਿ ਦੋਨੋਂ ਨਾ ਯੂਜ਼ ਕਰੋ ਜੀ 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 ਹਾਂਜੀ ਪਹਿਲਾਂ ਇੱਕੋ ਮਾਰਕਰ ਯੂਜ਼ ਕਰਨਾ ਹੈ ਕਿ ਜਦੋਂ ਤੁਹਾਡਾ ਰੁਕ ਗਿਆ ਫਿਰ ਦੂਜਾ ਟਰਾਈ ਕਰੋ ਅਗਰ ਇਹਦਾ ਵੇਦ ਉਸ ਤੁਹਾਡਾ ਦੂਜਾ ਵੀ ਨਹੀਂ ਚੱਲਦਾ ਫਿਰ ਤੁਸੀਂ ਆਪਣਾ ਹੈਂਡ ਤੇ ਜਸਪ੍ਰੀਤ एग्जाम ਕਿੱਥੇ ਸੀ ਤੁਹਾਡਾ ਸਰ ਚੰਡੀਗੜ੍ਹ ਸੀਗਾ ਚੰਡੀਗੜ੍ਹ ਇਲੰਟੇ ਹਾਂਜੀ ਇਲੰਟੇ ਯਰ ਸੰ ਦਾ ਪ੍ਰੋਫੈਸ਼ਨਲ ਸੈਂਟਰ ਹਾਂਜੀ ਸਰ ਵਧੀਆ ਸੀਗਾ ਸਟਾਫ ਬੜਾ ਕੋਆਪਰੇਟਿਵ ਸੀਗਾ ਵਧੀਆ ਸੀ ਸਾਰਾ ਓਕੇ ਤੇ ਕਿਵੇਂ ਜਰਾ ਪੀਟੀ ਦਾ ਐਕਸਪੀਰੀਅੰਸ ਸਰ ਬਹੁਤ ਵਧੀਆ ਰਿਹਾ ਮੇਰਾ ਫਰਸਟ ਅਟੈਂਪਟ ਸੀਗਾ ਸਰ ਮੈਨੂੰ ਨਹੀਂ ਪਤਾ ਸੀਗਾ ਕਿ ਇੰਨੀ ਜਲਦੀ ਰਿਜ਼ਲਟ ਆ ਜਾਂਦਾ ਮੈਨੂੰ ਨਹੀਂ ਪਤਾ ਸੀਗਾ ਠੀਕ ਹੈ ਤੁਸੀਂ ਜਦੋਂ ਮੈਂ ਤੁਹਾਨੂੰ ਕਾਲ ਕੀਤੀ ਤੁਸੀਂ ਕਿਹਾ ਤੁਹਾਡਾ ਸ਼ਾਮ ਤੱਕ ਰਿਜ਼ਲਟ ਆ ਜਾਣਾ ਮੈਨੂੰ ਇਹ ਵੀ ਸ਼ਾਮ ਤੱਕ ਵੀ ਕਿੱਥੇ ਆਣਾ ਅਗਲੇ ਦਿਨ ਆਣਾ ਆ ਉਹਦੇ ਨਾਲ ਰਾਤ ਨੂੰ ਜਦੋਂ ਆਪਾਂ ਸੌਣ ਲੱਗੇ ਨਾ ਫਿਰ ਮੈਂ ਵੈਸੇ ਹੀ ਓਪਨ ਕਰਕੇ ਦੇਖ ਲਿਆ ਕਿ ਸ਼ਾਇਦ ਨਾ ਆ ਗਏ ਜਦੋਂ ਮੈਂ ਦੇਖਿਆ ਉਹ ਸਿਰਫ ਉੱਪਰ ਉੱਪਰ 60 ਦੇਖਿਆ ਥੱਲੇ ਕੁਝ ਨਹੀਂ ਦੇਖਿਆ 60 ਆ ਗਏ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਪਰ ਫਿਰ ਰਿਕੁਆਇਰਮੈਂਟ ਪੂਰੀ ਹੋਗੀ ਫਿਰ ਮੈਨੇ ਸਪੀਕਿੰਗ ਦਾ ਜ਼ਿਆਦਾ ਸੀਗਾ ਕਿ ਨਹੀਂ ਸਪੀਕਿੰਗ ਜੋ ਵਧੀਆ ਆ ਗਏ ਚਲੋ 65 ਬਹੁਤ ਹੈ ਕੋਈ ਗੱਲ ਨਹੀਂ ਵੈਰੀ ਗੁੱਡ ਤੇ ਜਸਪ੍ਰੀਤ ਜਿਵੇਂ ਹ ਕਾਫੀ ਬੱਚੇ ਕਹਿ ਰਹੇ ਆ ਆਪਣੇ ਦੇ ਜਿਵੇਂ ਛੇ ਵਿੱਚ ਥੋੜੀ ਰਿਕੁਆਇਰਮੈਂਟ ਹੈ ਨਾ ਚਾਹੇ ਆਪਾਂ 60 6.5 ਈਚ ਦੀ ਮੰਨ ਕੇ ਚੱਲ ਜਾਈਏ ਹੈ ਨਾ ਥੋੜੀ ਰਿਕੁਆਇਰਮੈਂਟ ਸੀ ਵੀ ਸਾਰਾ ਜੋ 6.5 ਈਚ ਚਾਹੀਦੇ ਆ ਕੋਈ ਵਜੂ 6.5 ਤੋਂ ਥੱਲੇ ਨਹੀਂ ਚਾਹੀਦਾ ਜਿਵੇਂ ਤੁਹਾਡੇ ਕੋਈ ਵੀ ਮਟੀਰੀਅਲ 60 ਤੋਂ نیچے ਹੈ ਹੀ ਨਹੀਂਗਾ ਜਦੋਂ ਤੁਸੀਂ ਇਗਜ਼ਾਮ ਦੇਣ ਲੱਗੇ ਸੀਗੀ ਅਕਸਰ ਹੁੰਦਾ ਵਾ ਵੀ ਇੱਕ ਮਹੀਨੇ ਵਿੱਚ ਬੈਂਡ ਕਹਿੰਦੇ ਆ ਗੱਲਾਂ ਹੁੰਦੀਆਂ ਵੀ ਇੱਕ ਮਹੀਨੇ ਚ ਬੈਂਡ ਲੈ ਲਏ ਆ ਆਪਾਂ ਤਾਂ ਇੱਕ ਮਹੀਨੇ ਵਿੱਚ ਬਹੁਤ ਦਿਨਾਂ ਸੀ ਲੈ ਲੇ ਹਾਂਜੀ ਤੇ ਲੈ ਕੇ ਕੀ ਲੱਗਦਾ ਵੀ ਜਿਵੇਂ ਤੁਸੀਂ ਕਲਾਸ 'ਚ ਸੀ ਤੁਹਾਡੀ ਪਰਫਾਰਮੈਂਸ ਹੈ ਨਾ ਕਲਾਸ 'ਚ ਸਰ ਕਲਾਸ 'ਚ ਕਈ ਵਾਰ ਤਾਂ ਮੈਂ ਡੀਮੋਟੀਵੇਟ ਹੋ ਜਾਂਦੀ ਸੀਗੀ ਨਾ ਕਦੇ-ਕਦੇ ਪਤਾ ਕੀ ਹੁੰਦਾ ਸੀਗਾ ਮੇਰੇ ਰਿਪੀਟ ਸੈਂਟੈਂਸ ਨਹੀਂ ਵਧਿਆ ਜਾਂਦੇ ਸੀਗੇ ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਕਹਿ ਦਿੰਦਾ ਸਰ ਨੂੰ ਕਿ ਮੈਂ ਪੇਪਰ ਫਿਲ ਕਰ ਦੇਣਾ ਫਿਰ ਉੱਥੇ ਨਰਵਸਨੈਸ ਹੈਗੀ ਸੀਗੀ ਐਗਜ਼ਾਮ ਤੋਂ ਪਹਿਲਾਂ ਬਟ ਜੇ ਆਪਣੇ ਮਨ 'ਚ ਹੋਵੇ ਨਾ ਕਿ ਨਹੀਂ ਹੋ ਜਾਣਾ ਹੋ ਜਾਣਾ ਪੋਜ਼ਿਟਿਵ ਰਹਿਣਾ ਇੱਕ ਬਹੁਤ ਵੱਡੀ ਗੱਲ ਹੈ ਪੋਜ਼ਿਟਿਵ ਰਹਿ ਰਹੂਗੇ ਤਾਂ ਬਿਲਕੁਲ ਹੀ ਕਹਿ ਹੈ ਕਿ ਮਿਹਨਤ ਤਾਂ ਕਰਨੀ ਪੈਣੀ ਸਰ ਮਿਹਨਤ ਕੀਤੇ ਬਿਨਾ ਕੁਝ ਨਹੀਂ ਹੁੰਦਾ ਬਿਲਕੁਲ ਤੇ ਬਹੁਤ ਵਧੀਆ ਗੱਲ ਆ ਤੁਸੀਂ ਨੇ ਵਧੀਆ ਸਕੋਰ ਲਏ ਠੀਕ ਹੈ ਤੇ ਬਹੁਤ ਵਧੀਆ ਲੱਗਾ ਸਾਨੂੰ ਵੀ ਤੁਹਾਨੂੰ ਪੜਾ ਕੇ ਕਿ ਇੱਕ ਜਿਹੜਾ ਬੱਚਾ ਖੁਦ ਐਫਰਟਸ ਕਰਦਾ ਨਾ ਇੱਕ ਮੰਤ ਦੇ ਵਿੱਚ ਬੈਠ ਵੀ ਉਹ ਸਟੂਡੈਂਟ ਲੈਂਦਾ ਵਾ ਜਿਹੜਾ ਟੀਚਰ ਜਿਹਨੋਂ ਕਰਦੇ ਕਰਦਾ ਐਫਰਟ ਇੱਕ ਸਟੂਡੈਂਟ ਵੀ ਨਾਲ ਉਹਨਾਂ ਦੇ ਪ੍ਰੋਪਰਲੀ ਉਮੇ ਕਰੇ ਤੋਂ ਬਹੁਤ ਵਧੀਆ ਐਕਸਪੀਰੀਅੰਸ ਰਹਾ ਤੁਹਾਡੇ ਸਰ ਬਿਲਕੁਲ ਮੈਨੂੰ ਨਾ ਨੋਲੇਜ ਹੀ ਨਹੀਂ ਸੀਗੀ ਪੀਟੀ ਬਾਰੇ ਮੈਂ ਸਾਰਾ ਕੁਝ ਤਾਂ ਉੱਥੋਂ ਸਿੱਖਿਆ ਸਰ ਜੀਰੋ ਤੋਂ ਸਟਾਰਟ ਕੀਤਾ ਸੀਗਾ ਮੈਂ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਬੱਚਿਆਂ ਨੂੰ ਰਿਵਿਊ ਦੇਣ ਵਾਸਤੇ ਕਿਉਂਕਿ ਕਾਫੀ ਨਾ ਜਿਵੇਂ ਬੱਚੇ ਮੰਗਦੇ ਆ ਰਿਵਿਊ ਤੇ ਬਹੁਤ ਸਾਰੇ ਸਟੂਡੈਂਟਸ ਕੈਮਰੇ ਦੇ ਅੱਗੇ ਆਉਣ ਤੋਂ ਵੀ ਡਰਦੇ ਆ ਵੀ ਲੱਗਾ ਫੇਸ ਕਰਨਾ ਪੈਣਾ ਵਾ ਕੀ ਰਿਵਿਊ ਦਵਾਂਗੇ ਇੰਨੇ ਬੱਚਿਆਂ ਨੂੰ ਫੇਸ ਕਰਨਾ ਪੈਣਾ ਤੇ ਉਹ ਚੀਜ਼ ਥੋੜੀ ਜਿਹੀ ਹੋ ਜਾਂਦੀ ਆ ਤੇ ਓਬਵੀਅਸਲੀ ਗੱਲ ਆ ਜਿਹੜਾ ਤੁਹਾਡਾ ਰਿਵਿਊ ਵਾ ਕਾਫੀ ਜਿੰਨੇ ਬੱਚਾ ਆਪਾਂ ਨੂੰ ਦੇਖਦੇ ਪਏ ਆ ਤੇ ਉਹਨਾਂ ਨੂੰ ਵੀ ਬਹੁਤ ਸਾਰੀ ਹੈਲਪ ਮਿਲੀ ਹੋ ਗਈ ਹੈ ਚੀਜ਼ ਨੂੰ ਲੈ ਕੇ ਕਿ ਅਸੀਂ ਇਹਦੀ ਆਪਣੀ ਕਿਸਮ ਕਲੀਅਰ ਕਰੀਏ ਤੇ ਇਦਾਂ ਅਸੀਂ ਫੜ ਕੇ ਸਰ ਨਾਲ ਗੱਲਬਾਤਾਂ ਕਰੀਏ ਐਟਲੀਕ ਸੋ ਮੱਚ ਕਾਫੀ ਚੀਜ਼ਾਂ ਬੱਚਣੋਂ ਸਿੱਖਣ ਨੂੰ ਮਿਲੀਆਂ ਖਾਸ ਕਰਕੇ ਮਾਰਕਰ ਵਾਲੀ ਚੀਜ਼ ਜਿਹੜੀ ਤੁਸੀਂ ਉਹ ਵੀ ਇੰਪੋਰਟੈਂਟ ਚੀਜ਼ ਸੀਗੀ ਤੇ ਥੈਂਕ ਯੂ ਸੋ ਮੱਚ ਐਂਡ ਮਾਰਕਰ ਵਾਲੀ ਸਰ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਉਹ ਨਾ ਟਰਾਂਸਪੇਰੈਂਟ ਹੁੰਦੀਆਂ ਇਹ ਸ਼ੀਟਾਂ ਤੋਂ ਰੇਜ਼ ਹੋ ਜਾਂਦਾ ਹੱਥ ਨਾਲ ਹੀ ਲਿਖਿਆ ਹੋਇਆ ਆ ਉਹ ਪਰਮਾਨੈਂਟਲੀ ਨਹੀਂ ਹੁੰਦਾ ਟੈਂਪਰੇਰੀ ਹੁੰਦਾ ਹਾਂਜੀ ਹਾਂਜੀ ਤੇ ਉਹ ਬੜਾ ਦਿੱਕਤ ਅਗਰ ਕਿਸੇ ਦਾ ਵੀ ਹੱਥ ਲੱਗ ਗਿਆ ਨਾ ਆਪਣੇ ਲਿਖਿਆ ਹੋਇਆ ਸਾਰਾ ਰੇਜ਼ ਹੋ ਜਾਂਦਾ ਹੱਥ ਨਾਲ ਉਹ ਵੀ ਤੇ ਉਹ ਚੀਜ਼ ਦੀ ਕਾਫੀ ਪ੍ਰੋਬਲਮ ਆ ਜਾਂਦੀ ਆ ਹਾਂਜੀ ਚਲੋ ਥੈਂਕ ਯੂ ਸੋ ਮੱਚ ਜਸਪ੍ਰੀਤ ਠੀਕ ਹੈ ਜੀ ਤੁਹਾਨੂੰ ਕਨਫਰਮੇਸ਼ਨ ਸਾਨੂੰ ਬਹੁਤ-ਬਹੁਤ ਹਾਂਜੀ ਸਰ ਜਿਦ ਜਿਦਦਰ ਮੇਰਾ ਵੀਜ਼ਾ ਆ ਗਿਆ ਸਰ ਤੁਹਾਨੂੰ ਸਪੈਸ਼ਲੀ ਮਿਲ ਕੇ ਜਾਓਗੇ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਓਕੇ ਸਰ ਓਕੇ ਜੀ